ਸ਼ੁਕਰੀਆ ਇੰਤਜ਼ਾਰ ਕਰਨ ਦਾ। ਮੇਰਾ ਨਾਮ ਡਾਕਟਰ ਇਸਮਾਇਲ ਹੈ ਅਤੇ ਅੱਜ ਮੈਂ ਤੁਹਾਡੀ ਕੀ ਖਿਦਮਤ ਕਰ ਸਕਦੀ ਹਾਂ? ਮੇਰੇ ਪਤਾ ਕਿ ਕਿੰਨੇ ਦਿਨਾਂ ਦਾ ਮੇਰੀ ਤਬੀਅਤ ਬਹੁਤ ਖਰਾਬ ਹੈ। ਓਕੇ, ਤੁਹਾਨੂੰ ਕੀ ਸ਼ਿਕਾਇਤਾਂ ਨੇ ਅਤੇ ਕਿੰਨੇ ਦਿਨਾਂ ਤੋਂ ਹੈ? ਕਾਫੀ ਦਿਨ ਨੇ। ਮੇਰੇ ਸਿਰ ਨੂੰ ਪੀੜ ਹੁੰਦੀ ਹੈ, ਇਹ ਮੇਰੇ ਨੱਕ ਵਗਦਾ, ਬਹੁਤ ਸਾਰੇ ਹੱਡੀਆਂ ਪੀੜ ਹੁੰਦੀਆਂ ਨੇ। ਉਹ ਕੰਮ 'ਤੇ ਵੀ ਇੰਨਾ ਪ੍ਰੈਸ਼ਰ ਹੈ ਅਤੇ ਬਸ ਤੁਸੀਂ ਮੈਨੂੰ ਐਂਟੀਬਾਇਓਟਿਕਸ ਦੇ ਦਿਓ ਨਾ, ਮੈਂ ਠੀਕ ਹੋ ਜਾਵਾਂਗੀ। ਮੈਨੂੰ ਲੱਗਦਾ ਹੈ ਕਿ ਇਹ ਜ਼ੁਕਾਮ ਹੈ ਅਤੇ ਕਮ ਅਜ਼ ਕਮ 7 ਜਾਂ 10 ਦਿਨ ਲੱਗਣਗੇ ਫਿਰ ਠੀਕ ਹੋਣ ਵਾਸਤੇ। ਅਤੇ ਇਹਦੀ ਵਜ੍ਹਾ ਵਾਇਰਸ ਹੈ ਅਤੇ ਵਾਇਰਸ 'ਤੇ ਐਂਟੀਬਾਇਓਟਿਕਸ ਨਹੀਂ ਕੰਮ ਕਰਦੀ, ਬਲਕਿ ਐਂਟੀਬਾਇਓਟਿਕਸ ਲੈਣ ਨਾਲ ਤੁਹਾਡੀ ਤਬੀਅਤ ਹੋਰ ਖਰਾਬ ਹੋ ਜਾਏਗੀ, ਤੁਹਾਡਾ ਪੇਟ ਖਰਾਬ ਹੋ ਸਕਦਾ ਹੈ ਅਤੇ ਹੋਰ ਨੁਕਸਾਨ ਹੋ ਸਕਦਾ ਹੈ। ਪਹਿਲੇ ਵੀ ਐਂਟੀਬਾਇਓਟਿਕਸ ਮੈਂ ਲਏ ਨੇ, ਮੈਂ ਠੀਕ ਹੋ ਗਈ ਸੀ। ਹੋ ਸਕਦਾ ਜੇ ਪਹਿਲੇ ਤੁਹਾਡੀ ਵੈਸੇ ਹੀ ਤਬੀਅਤ ਠੀਕ ਹੋ ਗਈ ਸੀ, ਇਹਦੇ 'ਚ ਐਂਟੀਬਾਇਓਟਿਕ ਲੈਣ ਦੇ ਨਾਲ ਕੋਈ ਫਰਕ ਨਹੀਂ ਪਿਆ। ਓਕੇ, ਤਾਂ ਜੇ ਅਸੀਂ ਇਸ ਤਰ੍ਹਾਂ ਗਲਤ ਚੀਜ਼ਾਂ 'ਤੇ ਐਂਟੀਬਾਇਓਟਿਕ ਇਸਤੇਮਾਲ ਕਰਾਂਗੇ ਨਾ ਤਾਂ ਫਿਰ ਉਸ ਦਵਾਈ ਦਾ ਕੋਈ ਅਸਰ ਨਹੀਂ ਰਹਿੰਦਾ, ਹਾਲਾਂਕਿ ਜਿਹੜੀਆਂ ਉਹ ਜਰਾਸੀਮ ਹੁੰਦੇ ਨੇ ਉਹ ਹੋਰ ਤਾਕਤਵਰ ਹੋ ਜਾਂਦੇ ਨੇ ਅਤੇ ਫਿਰ ਉਸ ਦਵਾਈ ਦਾ ਉੱਥੇ ਅਸਰ ਹੀ ਨਹੀਂ ਰਹਿੰਦਾ ਅਤੇ ਫਿਰ ਉਹਦੇ ਨਾਲ ਹੋਰ ਇਨਫੈਕਸ਼ਨਸ ਹੋ ਜਾਂਦੇ ਨੇ ਜਿਸ ਤਰ੍ਹਾਂ MRSA, ਅਤੇ ਇਹ ਫਿਰ ਬੜੀ ਮੁਸ਼ਕਲ ਗੱਲ ਹੈ। ਤੁਸੀਂ ਦੱਸੋ ਫਿਰ ਮੈਂ ਕੀ ਕਰਾਂ? ਤੁਹਾਡੇ ਵਾਸਤੇ ਇਹ ਹੀ ਬਿਹਤਰ ਹੈ ਕਿ ਤੁਸੀਂ ਸਰ ਦਰਦੀ ਵਾਸਤੇ ਪੈਰਾਸੀਟਾਮੋਲ ਲਵੋ, ਪਾਣੀ ਪੀਓ, ਆਰਾਮ ਕਰੋ, ਆਪੇ ਤਬੀਅਤ ਠੀਕ ਹੋ ਜਾਣੀ ਹੈ। ਅੱਛਾ, ਚਲੋ ਠੀਕ ਹੈ।